ਗੱਲ ਕਰਕੇ ਦੱਸਿਓ ਵੀਰੇ ਸਾਨੂੰ, ਸੋਰੀ ਭੈਣੇ ਦੱਸਿਓ ਗੱਲ ਕਰਕੇ। ਰੋਹਿਤ ਜੀ ਜਿੰਨ ਭੇਜਦੀ ਨਾਲ ਤੂੰ ਨਹੀਂ ਸੁਣ ਲੈਣੀ ਗੱਲ ਕਰਨ ਲੱਗੀ, ਕਹਿਣਾ ਗੁੱਸਾ ਨਹੀਂ ਕਰਨਾ, ਪਿਆਰ ਨਾਲ ਗੱਲ ਕਰਨੀ। ਹੈਲੋ ਕਰਤਾ ਬੋਲ, ਪਤਾ ਨਹੀਂ ਫਿਰ ਭੈਣ ਕੌਣ ਹੈ ਜਿੰਨ ਪਤਾ। ਤੇ ਜਿੱਦਾਂ ਸੰਗਤ ਜੀ ਤੁਸੀਂ ਦੇਖਿਆ ਸਾਰਿਆਂ ਨੇ, ਯਾਰ ਘੱਟ ਪਤਾ ਭੈਣ ਨੂੰ ਇਹਨਾਂ ਦੇ ਪਰਿਵਾਰ ਨੂੰ ਵੀ ਏਦਾਂ ਕਿਉਂ ਹੋ ਗਈ, ਹਸਬੈਂਡ ਦੀ ਡੈਥ ਹੋ ਗਈ, ਸੁਸਾਈਡ ਕਰ ਲਿਆ ਤੇ ਇਹ ਡਿਪਰੈਸ਼ਨ ਚਲੇ ਗਈ ਭੈਣ, ਬੱਚੇ ਦੂਰ ਹੋ ਗਏ। ਜਿਹੜੀ ਔਰਤ ਦੀ ਸਟਰੈਂਥ ਆ, ਔਰਤ ਦਾ ਦੀ ਪਾਵਰ ਆ, ਉਹਦੇ ਬੱਚੇ ਆ, ਮਾਂ ਦੀ ਜੇ ਕੋਈ ਸ਼ਕਤੀ ਹੈ ਤਾਂ ਉਹਦੇ ਬੱਚੇ ਆ, ਤੇ ਜਦੋਂ ਤੋਂ ਬੱਚੇ ਹੀ ਦੂਰ ਹੋ ਗਏ ਤਾਂ ਹੋਰ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਗਈ ਭੈਣ। ਉਹ ਡਿਪਰੈਸ਼ਨ ਅੱਜ ਇਹਨੂੰ ਸੜਕਾਂ ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਿਹਾ। ਅੱਠ ਪੜੀ ਹੋਈ ਆ, ਤਿੰਨ ਬੱਚਿਆਂ ਦੀ ਮਾਂ ਵਾ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਭੈਣੇ? ਤੇਰਾ ਕੀ ਨਾਮ ਆ? ਸੀਮਾ ਰਾਣੀ। ਸੀਮਾ ਰਾਣੀ ਕਿੱਥੇ ਰਹਿੰਦੀ ਆ ਭੈਣੇ ਤੂੰ? ਕਨੌਲੀ ਤੀਰਾ ਬਾਗ 4 ਨੰਬਰ ਗਲੀ। ਕਿੱਥੇ? ਲੁਧਿਆਣੇ? ਨਹੀਂ ਜੀ, ਮੰਡੀ ਨੀ ਹੈਗੀ, ਪਟਿਆਲੇ ਦੀ ਸਨੌਰ ਲਾਗੇ। ਸਨੌਰ ਕੋਲੇ ਪਟਿਆਲਾ? ਹਾਂਜੀ, ਉੱਥੇ ਪਟਿਆਲੇ ਤੋਂ ਹਸਪਤਾਲ ਮੇਰੇ ਅੰਕਲ ਦਾ ਜੀ, ਮੇਰੇ ਪਾਪਾ ਗਵਰਨਮੈਂਟ ਜੋਬ ਉਹਨਾਂ ਨੇ ਲਵਾਇਆ ਸੀਗਾ, ਫਕੀਰ ਚੰਦ ਉਹਨਾਂ ਦੇ ਘਰ, ਮਤਲਬ ਮੇਰੇ ਦਾਦਾ ਜੀ ਲੱਗੀ, ਮਤਲਬ ਫਾਦਰ ਮੇਰਾ ਨਾਮ ਸੀਮਾ ਰਾਣੀ। ਕਿੰਨੇ ਦਿਨ ਹੋ ਗਏ ਤੈਨੂੰ ਲੁਧਿਆਣੇ ਚ ਘੁੰਮਦੀ ਨੂੰ? ਗੁਰਮੀਤ ਦਸਨੂਰ ਜੀ, ਉਹ ਕਿੱਥੇ ਨੇ? ਤਿੰਨੋਂ ਬੇਟੀਆਂ ਚੰਡੀਗੜ੍ਹ 30 ਸੈਕਟਰ ਮੈਂ ਨਹੀਂ ਛੱਡੀਆਂ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ। ਐਕਚੁਲੀ ਪਾਪਾ ਕੀ ਯਾਰ, ਮੇਰੇ ਜੇਠ ਭਾਜੀ ਦੀ ਗੁਰਮੀਤ ਜੀ ਬੇਚਾਰੇ, ਉਹ ਫੈਸਲਾ ਕਰਨਾ ਔਖਾ, ਕਿਉਂਕਿ ਜਿਹੜਾ ਲੈਟਰ ਲਿਖਿਆ ਸੀਗਾ ਜੀ, ਉਹ ਅਸੀਂ ਵਿਚੋ ਵਿਚ ਦੱਬਿਆ ਜੀ, ਅਸੀਂ ਸਾਰੀ ਫੈਮਿਲੀ ਮਿਲ ਕੇ। ਤੇਰੀਆਂ ਬੇਟੀਆਂ ਕਿੱਥੇ ਆ ਹੁਣ? ਉਹ 30 ਸੈਕਟਰ ਕਿਹਦੇ ਕੋਲੇ? ਤਰਵੀਨ ਚੌਕ ਗੁਰਦੁਆਰਾ ਧਰਮਚੰਦ ਕੋਲ, ਮੇਰੇ ਜੇਠ ਭਾਜੀ ਉਹ ਪਾਲਦੇ ਉਹਨਾਂ ਨੂੰ। ਹਾਂਜੀ, ਮੈਂ 1 ਰੁਪਏ ਨਹੀਂ ਦਿੱਤਾ ਜੀ ਉਹਨਾਂ, ਪ੍ਰਾਈਵੇਟ ਸਕੂਲ ਪੜ੍ਹਦੇ। ਐਕਚੁਲੀ ਮੇਰੀ ਗੱਲ ਹੋਈ ਸੀ ਬੇਟੀ ਨਾਲ, ਮੰਮੀ ਗੋਲਡ ਕਿੱਥੇ ਆ? ਮੈਂ ਕਿਹਾ ਬੇਟਾ ਮੈਨੂੰ ਨਹੀਂ ਪਤਾ ਹੈ ਕਿੱਥੇ ਆ। ਤਾਂ ਗੋਲਡ ਜੀ ਨੋਟਬੰਦੀ ਕਰਕੇ ਮੈਂ ਘਰ ਚੱਕ ਲਈ ਸੀ ਗੋਲਡ, ਨੋਟਬੰਦੀ ਹੋਣ ਕਰਕੇ ਪਾਪਾ ਨੇ ਥੋੜਾ ਉਹ ਕਰਦੇ ਜੀ, ਦੇਖੋ ਕਹਿੰਦੇ ਨੋਟ ਬੁੱਕ ਦੇ ਵਿੱਚ ਕੋਈ ਕੰਮ ਆ ਜਾਏਗੀ। ਪਾਪਾ ਤੇਰੇ ਕੀ ਕਰਦੇ ਨੇ? ਪਾਪਾ ਗਵਰਨਮੈਂਟ ਜੋਬ ਸੇ ਮਦਤਰ, ਹੁਣ ਕਿੱਥੇ ਨੇ? ਉਹਦੀ ਡੈਥ ਹੋ ਗਈ।
ਤੇ ਮੰਮੀ ਮੰਮੀ ਅਪਸੈਟ ਹੋਈ ਜੀ ਗੀਤਾ ਨਗਰੀ ਅੰਬਾਲੇ ਡਾਕਟਰ ਫੈਮਿਲੀ ਮੈਂ ਰਹਿ ਰਹੀ ਹੈ ਜੀ। ਉਹ ਅਪਸੈਟ ਹੋ ਗਏ ਮੰਮੀ? ਉਹ ਪਹਿਲੀ ਕੁਛ ਤਾਂ ਜੀ ਮੁੰਡੇ ਮਾਇਕੇ ਮਾਰੀ ਹਰਪਾਲ ਤੋਂ ਥੋੜੇ ਅਪਸੈਟ ਮਤਲਬ ਉਹ ਤਾਂ ਪਾਈ ਨਾ ਜੀ ਕਰਨਾਟਕ ਇਹਨਾਂ ਦੇ ਕੋਈ ਬਜ਼ੁਰਗ ਬੋਲਦਾ ਸੀ ਮੇਰੇ ਨੰਬਰ ਆਪ ਹੀ ਮਿਲਾਇਆ ਸੀ ਆਪ ਹੀ ਮਿਲਾਇਆ ਸੀ ਉਹ ਕੀ ਕਹਿੰਦੇ ਉਹ ਕੀ ਲੱਗਦੇ ਸੀ ਇਹਨਾਂ ਦੇ ਕੌਣ ਸੀਗਾ ਉਹ ਮੈਨੂੰ ਕੋਈ ਪਤਾ ਜੀ ਮੈਂ ਤਾਂ ਫੋਨ ਨੰਬਰ ਮਿਲਾਇਆ ਨਹੀਂ ਜੀ ਨੰਬਰ ਮਿਲਾਇਆ ਸੀ ਪੁੱਛਿਆ ਨਹੀਂ ਬੋਲਦੀ ਸੀ ਕਰਮਜੀਤ ਹੋਣੀ ਜੀ ਮੇਰੇ ਆਹ ਕਰ ਆਹ ਉਹ ਸੀ ਅੰਬਾਲੇ ਤੇ ਜੀ ਡਾਕਟਰ ਮੋਹਨ ਛੱਡ ਕੇ ਜਾਈਦਾ ਜਿਹੜਾ ਨਾਮ ਸ੍ਰੀ ਰਾਮ ਲਾਲ ਆ ਤੇ ਤਾਂ ਮੋਹਨ ਲਾਲ ਆ ਸਹੁਰੇ ਦਾ ਨਾਮ ਗੀਤਾ ਨਗਰੀ ਜੜੌਰ ਵਾਲੇ ਰਸਤੇ ਵਾ ਉੱਠੀ ਆ ਜੀ ਸਾਡੀ ਨੰਬਰ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਸਾਹਮਣੇ ਜਮਲਾ ਚੌਂਕ ਚ ਜਮਲਾ ਪਾਰਕ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਭੈਣ ਜਿਵੇਂ ਤੁਸੀਂ ਦੇਖ ਰਹੇ ਹੋ ਆਪਣਾ ਨਾਮ ਸੀਮਾ ਦੱਸਦੀ ਆ ਸੀਮਾ ਦੇਵੀ ਸੀਮਾ ਰਾਣੀ ਸੀਮਾ ਰਾਣੀ ਸਾਨੂੰ ਫੋਨ ਤੁਸੀਂ ਕੀਤਾ ਸੀ ਜੀ ਤੁਸੀਂ ਕੀਤਾ ਜੀ ਧੰਨਵਾਦ ਤੁਹਾਡਾ ਜੀ ਇਹ ਵੀਰੇ ਉਹਨਾਂ ਨੇ ਫੋਨ ਕੀਤਾ ਜੀ ਸਾਨੂੰ ਵੀਡੀਓ ਬਣਾ ਕੇ ਭੇਜੀ ਕੱਲ ਵੀ ਸਾਨੂੰ ਕਾਲ ਆਈ ਸੀ ਭੈਣ ਬਾਰੇ ਪਰ ਜਦੋਂ ਅਸੀਂ ਜਾਣ ਦੀ ਤਿਆਰੀ ਕੀਤੀ ਤਾਂ ਭੈਣ ਉੱਥੋਂ ਅੱਗੇ ਪਿੱਛੇ ਚਲੇ ਗਏ ਤੇ ਲੱਭੇ ਨਹੀਂ ਸਾਨੂੰ ਫਿਰ ਅਸੀਂ ਆਪਣੇ ਟੀਮ ਮੈਂਬਰ ਦੀ ਡਿਊਟੀ ਵੀ ਲਾਈ ਪਰ ਭੈਣ ਬਾਰੇ ਕੁਛ ਵੀ ਸਾਨੂੰ ਪਤਾ ਨਹੀਂ ਲੱਗਿਆ ਕੱਲ ਤੇ ਅੱਜ ਜਦੋਂ ਸਾਨੂੰ ਫੋਨ ਆਇਆ ਤੇ ਅਸੀਂ ਤੁਰੰਤ ਹੀ ਡਿਸੀਜਨ ਲਿਆ ਸਾਡੇ ਹਾਲਾਂਕਿ ਟੂਰਨਾਮੈਂਟ ਚੱਲਦਾ ਸੁਪਨਿਆਂ ਦੇ ਘਰ ਵਿੱਚ ਖੇਡਾਂ ਹੋ ਰਹੀਆਂ ਗੇਮਾਂ ਤੇ ਅਸੀਂ ਫਟਾਫਟ ਗੱਡੀ ਚੱਕੀ ਤੇ ਅਸੀਂ ਇਧਰੋਂ ਤੁਰ ਪਏ ਤੇ ਇਹ ਭੈਣ ਆਪਣਾ ਨੰਬਰ ਵੀ ਦੇ ਰਹੀ ਆ ਬਾਈ ਜੀ ਉਹਨਾਂ ਨੇ ਗੱਲ ਵੀ ਕੀਤੀ ਆ ਪਰਿਵਾਰ ਨਾਲ ਪਰਿਵਾਰ ਕਹਿੰਦਾ ਵੀ ਅਸੀਂ ਵਾਰ ਵਾਰ ਇਹਨੂੰ ਸਾਂਭ ਨਹੀਂ ਸਕਦੇ ਭੱਜ ਜਾਂਦੀ ਆ ਫੜ ਕੇ ਲਿਆਉਂਦੇ ਆ ਐਕਚੁਅਲੀ ਜੀ ਮੈਂ ਮੋਹਾਲੀ ਤੋਂ ਅਫਸਰ ਦੀ ਬਣ ਕੇ ਗਈ ਸੀਗੀ ਘਰ ਦੇ ਮੰਨਦੇ ਨੀ ਜੀ ਬੱਸ ਜੇ ਮੈਨੂੰ ਛੱਡਦਾ ਪਾਗਲਖਾਨੇ ਚ ਮੈਨੂੰ ਵਾਰਤਾ ਮੈਂ ਕਹਿੰਦੀ ਦੁੱਖ ਨਿਵਾਰ ਆ ਉਹ ਤੇ ਇੱਕ ਬੇਬੇ ਆ ਗਏ ਕਹਿੰਦੇ ਪਾਤੀ ਹੈ ਕਹਿੰਦੀ ਹੈ ਤਾਂ ਦੁੱਖ ਨਿਵਾਰ ਦਾ ਪਾਗਲਖਾਨਾ ਕਿੰਨਾ ਬੜੀਆ ਭੈਣ ਮੇਰਾ ਸਿਰ ਮੱਜ ਗਿਆ ਜੀ ਮੇਰਾ ਤੌਕਾ ਹੋ ਗਿਆ ਜੀ ਇੱਕ ਥੱਪੜ ਮਾਰਿਆ ਤੇ ਉੱਥੇ ਜਿਹੜੇ ਸੌਂਗਣ ਲਾ ਤੇ ਭੁੱਖੀ ਪਾਣੀ ਮੈਂ ਤਾਂ ਜੁੱਤ ਨਿਕਲਾ ਬੜਾ ਔਖਾ ਆ ਦੁੱਤ ਤੇ ਬੰਨ ਕੇ ਨਿਕਲ ਗਈ ਮੈਂ ਤਾਂ ਕਿੰਨਾ ਬੜੀਆ ਭੈਣ ਸੀਮਾ ਤੂੰ ਮੈਂ 8ਵੀਂ ਪੇਪਰ ਨੂੰ ਦਿੱਤੇ ਜੀ ਐਕਚੁਅਲੀ ਮੇਰੀ ਅੱਖਾਂ ਖਰਾਬ ਕੀਤੀ 3 ਸਾਲ ਜੀ ਇੱਕ ਪੜੋਸੀ ਆ ਜੀ ਉਹਨੇ ਮੈਨੂੰ ਪਿਆਰ ਬਹੁਤ ਕੀਤਾ ਜੀ ਉਹਨਾਂ ਨੇ ਪਾਪਾ ਨੇ ਸ਼ਾਦੀ ਕੀਤੀ ਉਸਕੇ ਸਾਥ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਹਾਂਜੀ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਲੁਧਿਆਣੇ ਤੋਂ ਜੀ ਮਨੁੱਖਤਾ ਦੀ ਸੇਵਾ ਤੋਂ ਹਾਂਜੀ ਭੈਣ ਜੀ ਸਾਨੂੰ ਨਾ ਇੱਕ ਭੈਣ ਮਿਲੀ ਹੈ ਸੀਮਾ ਰਾਣੀ ਇਹ ਤੁਹਾਡੇ ਕੀ ਲੱਗਦੇ ਨੇ ਜੀ ਅੱਛਾ ਭੈਣ ਲੱਗਦੇ ਤੁਹਾਡੇ ਇਹ ਭੈਣ ਜੀ ਬਹੁਤ ਨਾ ਅਪਸੈਟ ਆ ਤੁਹਾਨੂੰ ਵੀ ਪਤਾ ਠੀਕ ਨੀ ਵਿਚਾਰੇ ਕੱਲ ਵੀ ਲੁਧਿਆਣੇ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੇ ਸੀਗੇ ਅੱਜ ਵੀ ਸੜਕਾਂ ਤੇ ਘੁੰਮ ਰਹੇ ਅੱਛਾ ਤੁਸੀਂ ਕਿੱਥੇ ਰਹਿੰਦੇ ਹੋ ਭੈਣੇ ਏਦਾਂ ਭੈਣ ਜੀ ਅਸੀਂ ਨਾ ਮਨੁੱਖਤਾ ਦੀ ਸੇਵਾ ਤੋਂ ਆ ਸਾਡੇ ਕੋਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਭੈਣਾਂ ਰਹਿੰਦੀਆਂ ਜਿਹੜੀਆਂ ਦਾ ਰਾਜ ਚੱਲਦਾ ਸਾਡੇ ਕੋਲੇ 100 ਦੇ ਕਰੀਬ ਬੀਬੀਆਂ ਭੈਣਾਂ ਰਹਿੰਦੀਆਂ ਆਪਾਂ ਉੱਥੇ ਇਹਨੂੰ ਭੈਣ ਨੂੰ ਲੈ ਕੇ ਚੱਲੇ ਆ ਉੱਥੇ ਦਾ ਇਲਾਜ ਕਰਾਵਾਂਗੇ ਇਹ ਠੀਕ ਹੋ ਜੂ ਭੈਣ ਕੋਈ ਇਹਦੇ ਟ੍ਰੀਟਮੈਂਟ ਦੀ ਲੋੜ ਆ ਪਰ ਤੁਹਾਡੇ ਸਾਥ ਤੋਂ ਬਿਨਾਂ ਨਹੀਂ ਹੋਣਾ ਠੀਕ ਇਹਨੇ ਅਸੀਂ ਆਪਣੇ ਕੋਲੇ ਰੱਖ ਲਾਂਗੇ ਇੱਥੇ ਰੱਖ ਕੇ ਇਹਦਾ ਇਲਾਜ ਵੀ ਕਰਾ ਲਾਂਗੇ ਪਰ ਤੁਹਾਡਾ ਸਾਥ ਚਾਹੀਦਾ ਤੁਸੀਂ ਸਪੋਰਟ ਕਰੋਗੇ ਜੀ
ਖਰਚਾ ਕੋਈ ਨੀ ਜੀ ਆਉਣਾ, ਕੋਈ ਹੈਲਪ ਨਹੀਂ ਚਾਹੀਦੀ, ਤੁਹਾਡਾ ਸਾਥ ਚਾਹੀਦਾ, ਤੁਸੀਂ ਇਹਦੇ ਕੋਲੇ ਮਗਰ ਗੇੜਾ ਮਾਰਨਾ ਹਫਤੇ ਚ ਇੱਕ ਦਿਨ। ਲੁਧਿਆਣੇ ਤੇ ਇਹਦੇ ਕੋਲੇ ਜੀ ਇੱਕ ਮੈਂਬਰ ਰਹਿ ਸਕਦਾ ਤੁਹਾਡੇ ਵਿੱਚੋਂ ਨਾਲ, ਹਸਪਤਾਲ ਚ ਇਹਨੂੰ ਦਾਖਲ ਕਰਾ ਦਾਂਗੇ ਤੇ ਇਹਦਾ ਖਰਚਾ ਤੁਹਾਡਾ ਕੋਈ ਨੀ ਆਉਣਾ, ਫ੍ਰੀ ਇਲਾਜ ਹੋਊਗਾ, ਪਰ ਤੁਸੀਂ ਕੋਲੇ ਰਹਿਣਾ। ਬਿਲਕੁਲ ਚੱਲਦੇ ਫਿਰਦੇ ਨੀ ਮੰਮੀ? ਨਹੀਂ ਕੰਮ ਤਾਂ ਕਰਨਾ ਨੀ, ਕੋਲੇ ਬਹਿਣਾ ਹੀ ਹੈ ਇਹਨਾਂ ਦੇ ਕੋਲੇ ਜੀ ਬਸ ਇੱਥੇ। ਪਰ ਭੈਣੇ ਤੁਹਾਨੂੰ ਸਾਥ ਤਾਂ ਦੇਣਾ ਪਊ, ਦੇਖੋ ਆਪਾਂ ਨਾਲ ਅਸੀਂ ਨਮਾਉਣਾ ਧਵਾਉਣਾ ਸੇਵਾ ਸੰਭਾਲ ਕਰਨੀ, ਸਾਡੀਆਂ ਭੈਣਾਂ ਹੈਗੀਆਂ ਉਹ ਕਰਨਗੀਆਂ, ਸਿਰਫ ਇੱਕ ਜਾਣਾ ਸਪੋਰਟ ਤੇ। ਥੋੜੇ ਦਿਨ ਲਈ ਕੋਲੇ ਆ ਜਾਓ, ਇਹਦੀ ਹਿਸਟਰੀ ਦੱਸ ਦਿਓ ਡਾਕਟਰਾਂ ਨੂੰ, ਸਾਰੀ ਗੱਲ ਸਮਝਾ ਦਿਓ ਵੀ ਕੀ ਗੱਲ ਆ, ਕਿੱਦਾਂ ਕਿਉਂ ਹੋਈ ਆ, ਕਿੰਨੇ ਟਾਈਮ ਤੋਂ ਪਹਿਲਾਂ ਕਿਹਨੂੰ ਸੀ ਪ੍ਰੋਬਲਮ ਘਰ ਚ, ਹੋਰ ਕਿਸੇ ਨੂੰ? ਹਾਂਜੀ ਤੇ ਬੱਚੇ ਕਿੰਨੇ ਇਹਨਾਂ ਦੇ? ਤਿੰਨ ਬੇਟੀਆਂ ਇਹਨਾਂ ਦੀਆਂ ਜੇਠ ਕੋਲੇ ਨੇ। ਤੇ ਬੇਟੀਆਂ ਮਿਲਦੀਆਂ ਨੀ ਇਹਨੂੰ? ਬੇਟੀਆਂ ਇਹਨਾਂ ਨੂੰ ਮਿਲਦੀਆਂ ਨੀ? ਹੁਣ ਕਿੰਨੀਆਂ ਕਿੱਡੀਆਂ ਵੱਡੀਆਂ ਹੋ ਗਈਆਂ? ਹੁਣ ਤਾਂ ਥੋੜੀ ਵੱਡੀਆਂ ਹੋ ਗਈਆਂ, 3 ਸਾਲ ਹੋ ਗਏ ਨਾ ਸਾਡੇ ਤੋਂ ਛੁੱਟੀਆਂ ਹੋਈਆਂ ਨੇ ਉਹ। ਓਕੇ ਹਾਂਜੀ ਚਲੋ, ਅਸੀਂ ਹੋ ਗਿਆ ਇੰਨੀਆਂ ਤਾਂ ਇਹਨਾਂ ਨੂੰ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ, ਇਹਨਾਂ ਦੇ ਜੇਠ ਨੂੰ ਵੀ ਅਸੀਂ ਵੀ ਇਹਨਾਂ ਨੂੰ ਮਿਲਾਉਣ, ਇਹਨਾਂ ਦੀਆਂ ਬੇਟੀਆਂ ਨੂੰ ਵੀ। ਕੋਈ ਗੱਲ ਨੀ, ਆਪਾਂ ਰਲ ਮਿਲ ਕੇ ਭੈਣੇ ਠੀਕ ਕਰਾਂਗੇ ਭੈਣ ਨੂੰ। ਦੇਖੋ ਇਹਨੇ ਠੀਕ ਤਾਂ ਹੀ ਹੋਣਾ ਜੇ ਕੋਈ ਠੀਕ ਹੋਣ ਦੀ ਕੋਈ ਵਜ੍ਹਾ ਬਣੂਗੀ। ਠੀਕ ਹੋਣ ਦੀ ਵਜ੍ਹਾ ਇੱਕੋ ਹੀ ਆ, ਇਹਦੀਆਂ ਬੇਟੀਆਂ ਜਾਂ ਤੁਸੀਂ ਆ। ਜੇ ਤੁਸੀਂ ਇਹਦਾ ਸਾਥ ਦਿਓਗੇ ਜਾਂ ਇਹਦੀਆਂ ਬੇਟੀਆਂ ਨੂੰ ਮਿਲਣਗੀ, ਇਹਨੂੰ ਜਿਉਣ ਦੀ ਵਜ੍ਹਾ ਮਿਲੂਗੀ। ਹੁਣ ਉਹਦੇ ਕੋਲ ਜਿਉਣ ਦੀ ਵਜ੍ਹਾ ਹੀ ਹੈ ਨੀ ਕੋਈ, ਰੋਣਾ ਪੈਣਾ ਰੋਣਾ ਨਹੀਂ। ਉਹਨਾਂ ਨੂੰ ਆਪਾਂ ਕਹਾਂਗੇ ਰੱਖਣ ਦੀ ਲੋੜ ਨੀ, ਬਸ ਇਹਨਾਂ ਨੂੰ ਛੁੱਟੀਆਂ ਚ ਬੇਟੀਆਂ ਨੂੰ ਮਿਲਾ ਲਿਆ ਕਰਨ ਬਸ ਇੱਕ ਵਾਰ। ਕੋਈ ਨਾ ਅਸੀਂ ਕਰਾਂਗੇ ਬੇਨਤੀ ਭੈਣੇ, ਅਸੀਂ ਵੀ ਉਹਨਾਂ ਨੂੰ ਬੇਨਤੀ ਕਰਾਂਗੇ, ਕੋਈ ਨਾ ਆਪਾਂ ਮਨਾ ਲਾਂਗੇ, ਕੋਈ ਚੱਕਰ ਨੀ ਗਾ ਜੀ। ਹਾਂਜੀ ਹੈ ਹੀ ਲੁਧਿਆਣੇ ਮਿਲੀ ਆ ਜੀ ਸਾਨੂੰ ਸੜਕਾਂ ਤੇ। ਹਾਂਜੀ ਲੁਧਿਆਣੇ ਮਿਲੀ ਆ ਜੀ, ਕੱਲ ਲੁਧਿਆਣੇ ਘੁੰਮ ਰਹੀ ਸੀ ਭੈਣ ਇੱਧਰ ਢਨਾਰੀ ਵਾਲੀ ਸਾਈਡ, ਉਦੋਂ ਅਸੀਂ ਪਹੁੰਚੇ ਸਾਨੂੰ ਲੱਭੀ ਨੀ ਭੈਣ ਇੱਧਰ ਉੱਧਰ ਚਲੇ ਗਈ ਕਿਤੇ। ਅੱਜ ਹੁਣ ਫਿਰ ਸਾਨੂੰ ਕਾਲ ਆਈ ਬੱਸ ਅੱਡੇ ਤੋਂ, ਤੇ ਹੁਣ ਅਸੀਂ ਬੱਸ ਅੱਡੇ ਤੋਂ ਭੈਣ ਨੂੰ ਆ ਕੇ ਮਿਲੇ ਆ, ਤੁਹਾਡਾ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ। ਭੈਣੇ ਹੁਣ ਦੇਖੋ ਇੰਨਾ ਕੁ ਤਾਂ ਸਾਥ ਦਿਓ, ਇਲਾਜ ਕਰਾਉਣ ਨੂੰ ਤਿਆਰ ਆ, ਸਾਰਾ ਕੁਝ ਕਰਨ ਨੂੰ ਤਿਆਰ ਆ। ਇੱਕ ਵਾਰੀ ਚਲੋ ਤੁਸੀਂ ਮਿਲ ਕੇ ਤੇ ਜਾਓ, ਕੱਲ ਨੂੰ ਆ ਜਾਓਗੇ ਤੁਸੀਂ? ਕੱਲ ਨੂੰ ਆ ਕੇ ਮਿਲ ਜਾਓਗੇ ਡਾਕਟਰਾਂ ਨੂੰ, ਮਿਲ ਕੇ ਸਾਰੀ ਹਿਸਟਰੀ ਦੱਸ ਜਾਓਗੇ? ਹੈਲੋ ਕਰਮਜੀਤ, ਕੋਈ ਨਾ ਕਿਰਾਇਆ ਅਸੀਂ ਤੁਹਾਨੂੰ ਭੇਜ ਦਾਂਗੇ, ਅਸੀਂ ਉਹ ਕਰ ਦਾਂਗੇ ਗੂਗਲ ਪੇ ਕਰ ਦਿੰਦੇ ਤੁਹਾਨੂੰ, ਕੋਈ ਗੱਲ ਨੀ ਭੈਣੇ, ਆਉਣ ਜਾਣ ਦਾ ਕਿਰਾਇਆ।
ਸਾਨੂੰ ਇਸ ਤਰ੍ਹਾਂ ਦੇ ਬਹੁਤ ਕਾਲਜ ਆਉਂਦੀਆਂ, ਸਾਡੇ ਕੈਂਪ ਲੱਗਦੇ ਹਰ 15 ਦਿਨਾਂ ਬਾਅਦ, ਮਹੀਨੇ ਚ 2 ਕੈਂਪ ਲੱਗਦੇ, ਅਸੀਂ ਬੇਨਤੀ ਕਰਦੇ ਆ ਵੀ ਉੱਥੇ ਲੈ ਆਓ, ਉੱਥੇ ਕੈਂਪ ਚ ਤੁਸੀਂ ਲਿਆਉਂਦੇ ਇਹਨੂੰ, ਆਪਾਂ ਉੱਥੇ ਐਡਮਿਟ ਕਰਕੇ ਜਾਂ ਟ੍ਰੀਟਮੈਂਟ ਕਰਾ ਦੇਣਾ ਸੀ। ਗੂਗਲ ਤੇ ਭੈਣ ਜੀ ਸਾਰਾ ਕੁਛ ਹੀ ਪਿਆ, ਫੇਸਬੁੱਕ ਤੇ, ਕੰਟੈਕਟ ਦੀ ਤਾਂ ਲੋੜ ਹੀ ਨਹੀਂ ਪੈਂਦੀ। ਚਲੋ ਛੱਡੋ ਐਨੀ ਵੇ ਗੱਲ ਨੂੰ, ਹੁਣ ਅਗਲੀ ਗੱਲ ਕਰੀਏ ਆਪਾਂ। ਤੁਸੀਂ ਕੱਲ ਨੂੰ ਆ ਸਕਦੇ ਹੋ ਭੈਣੇ? ਨਹੀਂ ਸਰ, ਕੱਲ ਤਾਂ ਨਹੀਂ ਆ ਸਕਦੇ ਸਰ। ਕਦੋਂ ਆ ਸਕਦੇ ਹੋ ਭੈਣੇ? ਚਲੋ ਭੈਣੇ ਸਾਨੂੰ ਤੁਸੀਂ ਦੱਸੋ ਜਦੋਂ ਆ ਸਕਦੇ ਆ ਆਪਾਂ। ਦੇਖੋ ਅਸੀਂ ਤਾਂ ਟ੍ਰੀਟਮੈਂਟ ਕਰਾਉਣ ਨੂੰ ਤਿਆਰ ਆ, ਪਰ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਣਾ। ਅਸੀਂ ਵੀ ਤੁਹਾਨੂੰ ਇਹੀ ਪ੍ਰੋਬਲਮ ਦੱਸੀ ਆ ਵੀ ਜੇ ਤੁਸੀਂ ਮਾੜਾ ਜਿਹਾ ਵੀ ਪਿਆਰ ਕਰਦੇ ਹੋ ਆਪਦੀ ਭੈਣ ਨੂੰ ਤਾਂ ਸਮਾਂ ਤਾਂ ਕੱਢਣਾ ਪੈਣਾ ਜੀ। ਜੇ ਐਂ ਸੜਕਾਂ ਤੇ ਰੁਲਦੀ ਰਹਿਣਾ ਚਾਹੁੰਦੇ ਤੁਸੀਂ ਵੀ ਐਂ ਰੁਲੀ ਜਾਵੇ, ਫਿਰ ਤਾਂ ਕਾਹਦੀ ਗੱਲ ਆ ਭੈਣਾ। ਫਿਰ ਤੁਸੀਂ ਆਪ ਕਹਿੰਦੇ ਹੋ ਵੀ ਅਸੀਂ ਤੁਸੀਂ ਸਾਡੇ ਨਾਲ ਅਪਰੋਚ ਤੁਸੀਂ ਆਪ ਕਹਿੰਦੇ ਹੋ ਸਾਡੇ ਨਾਲ ਤੁਸੀਂ ਅਪਰੋਚ ਕੀਤੀ ਸੀ, ਹੁਣ ਅਸੀਂ ਦੇਖੋ ਮਹਾਰਾਜ ਨੇ ਆਪ ਹੀ ਸਬੱਬ ਬਣਾਤਾ ਏਦਾਂ ਦਾ ਵੀ ਇਹ ਖੁਦ ਹੀ ਆ ਗਈ ਸਾਡੇ ਕੋਲ ਇੱਥੇ ਵਿਚਾਰੀ, ਤੇ ਹੁਣ ਅਸੀਂ ਇਹਨੂੰ ਰੱਖਣ ਨੂੰ ਵੀ ਤਿਆਰ ਆ, ਪਰ ਹੁਣ ਤੁਹਾਡੇ ਸਾਥ ਦੀ ਲੋੜ ਆ। ਕੋਈ ਗੱਲ ਨੀ ਭੈਣੇ, ਜਿਵੇਂ ਵੀ ਸਾਡੇ ਟੀਮ ਮੈਂਬਰ ਹੈਗੇ ਪਟਿਆਲੇ, ਅਸੀਂ ਉਹਨਾਂ ਨੂੰ ਕਹਿ ਦਾਂਗੇ, ਉਹ ਲੈ ਆਉਣਗੇ ਤੁਹਾਨੂੰ ਨਾਲ। ਹਾਂਜੀ ਗੱਲ ਕਰਕੇ ਦੱਸਿਓ ਵੀਰੇ ਸਾਨੂੰ। ਸੋਰੀ ਭੈਣੇ, ਦੱਸਿਓ ਗੱਲ ਕਰਕੇ। ਰੋਹਿਤ ਜੀ ਜਿੰਨ ਭੇਜਦੀ ਨਾਲ ਤੂੰ ਨਾ ਹੀ ਸੁਣ ਲੈ ਨਿਕਲ ਗੱਲ ਕਰਨ ਲੱਗੀ, ਕਹਿਣਾ ਗੁੱਸਾ ਨਹੀਂ ਕਰਨਾ, ਪਿਆਰ ਨਾਲ ਗੱਲ ਕਰਨੀ। ਹੈਲੋ, ਕੱਟਤਾ ਫੋਨ, ਪਤਾ ਨਹੀਂ ਫਿਰ ਭੈਣ ਕੌਣ ਆ ਜਿੰਨ ਪਤਾ। ਤੇ ਜਿੱਦਾਂ ਸੰਗਤ ਜੀ ਤੁਸੀਂ ਦੇਖਿਆ ਸਾਰਿਆਂ ਨੇ, ਸੁਣਿਆ ਸਾਰਿਆਂ ਨੇ, ਸਮਝਿਆ ਵੀ ਹੈ ਸਾਰਿਆਂ ਨੇ ਵੀ ਅੱਜ ਇੱਦਾਂ ਦੇ ਹਾਲਾਤ ਕਿਉਂ ਬਣ ਜਾਂਦੇ ਇਨਸਾਨ ਦੇ। ਕਲੀਅਰ ਕੱਟ ਪਤਾ ਭੈਣ ਨੂੰ, ਇਹਨਾਂ ਦੇ ਪਰਿਵਾਰ ਨੂੰ ਵੀ ਇੱਦਾਂ ਕਿਉਂ ਹੋ ਗਈ, ਹਸਬੈਂਡ ਦੀ ਡੈਥ ਹੋ ਗਈ, ਸੁਸਾਈਡ ਕਰ ਲਿਆ ਤੇ ਇਹ ਡਿਪਰੈਸ਼ਨ ਚਲੇ ਗਈ ਭੈਣ, ਬੱਚੇ ਦੂਰ ਹੋ ਗਏ। ਜਿਹੜੀ ਔਰਤ ਦੀ ਸਟਰੈਂਥ ਆ, ਔਰਤ ਦਾ ਦੀ ਪਾਵਰ ਆ, ਉਹਦੇ ਬੱਚੇ ਆ। ਮਾਂ ਦੀ ਜੇ ਕੋਈ ਸ਼ਕਤੀ ਹੈ ਤਾਂ ਉਹਦੇ ਬੱਚੇ ਆ, ਤੇ ਜਦੋਂ ਤੋਂ ਬੱਚੇ ਹੀ ਦੂਰ ਹੋ ਗਏ ਤਾਂ ਹੋਰ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਗਈ ਭੈਣ। ਤੇ ਉਹ ਡਿਪਰੈਸ਼ਨ ਅੱਜ ਇਹਨੂੰ ਸੜਕਾਂ ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਿਹਾ। ਰਿਸ਼ਤੇਦਾਰ ਭੈਣ ਭਰਾਵਾਂ ਕੋਲੇ ਸਮਾਂ ਨਹੀਂ ਬਚਿਆ, ਉਹ ਸਾਰੇ ਇੰਨੇ ਵਿਅਸਤ ਹੋ ਗਏ, ਇੰਨੇ ਬਿਜ਼ੀ ਹੋ ਗਏ। ਮਾਮੇ ਮਾਸੀਆਂ ਭੂਆ ਚਾਚੇ ਤਾਏ, ਕਿੱਡਾ ਵੱਡਾ, ਮੈਂ ਅਕਸਰ ਗੱਲ ਕਰਦਾ ਵੀ ਸਾਡਾ ਕਿੱਡਾ ਕੁਨਬਾ, ਜਾਨਵਰ ਵੀ ਇਕੱਠੇ ਹੋ ਜਾਂਦੇ ਜੇ ਕਿਸੇ ਆਪਾਂ ਜਾਨਵਰ ਨੂੰ ਮਾਰਨ ਪੈ ਜਾਈਏ ਨਾ, ਤੇ ਉਹ ਸਾਰੇ ਇਕੱਠੇ ਹੋ ਕੇ ਸਾਨੂੰ ਮਾਰਨ ਪੈਂਦੇ ਆ, ਬਚਾਉਂਦੇ ਆ ਆਪਦੇ ਪ੍ਰਜਾਤੀ ਨੂੰ। ਪਰ ਇਨਸਾਨ ਕਿਹੋ ਜਿਹਾ ਜਾਨਵਰ ਬਣਦਾ ਜਾ ਰਿਹਾ, ਇਹੀ ਜਦੋਂ ਵਿਆਹ ਹੋਏ ਹੋਣੇ ਭੈਣ ਉਹਨਾਂ ਦੇ, ਉਦੋਂ ਭੰਗੜਾ ਪਾਉਣ ਨੂੰ, ਨੱਚਣ ਨੂੰ, ਬੋਲੀਆਂ ਪਾਉਣ ਨੂੰ,
ਖਾਣ ਪੀਣ ਨੂੰ ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਦੂਰ ਦਾ ਰਿਸ਼ਤੇਦਾਰ ਵੀ ਨੇੜੇ ਦਾ ਹੋ ਕੇ ਬਹਿੰਦਾ। ਤੇ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਉਦੋਂ ਦੋ ਹੀ ਰਿਸ਼ਤੇ ਜੀ, ਮਾਂ ਪਿਓ ਹੈ ਨੀ, ਅਸੀਂ ਬਿਜੀ ਹਾਂ, ਸਾਡਾ ਤਾਂ ਆਪ ਬਹੁਤ ਔਖਾ। ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ ਸਾਡੇ ਸਮਾਜ ਨੂੰ, ਸਾਡੇ ਪੰਜਾਬ ਨੂੰ, ਸਾਡੇ ਪੰਜਾਬ ਦੇ ਲੋਕਾਂ ਨੂੰ। ਗੱਲ ਕੱਲੀ ਭੈਣ ਸੀਮਾ ਰਾਣੀ ਦੀ ਨਹੀਂ, ਗੱਲ ਸੀਮਾ ਰਾਣੀ ਵਰਗੀਆਂ ਬਹੁਤ ਸਾਰੀਆਂ ਭੈਣਾਂ ਦੀ ਆ। ਕੋਈ ਨਾ, ਸੜਕਾਂ ਤੇ ਕੁੱਤਿਆਂ ਤੋਂ ਖਾਧੀ ਜਾ ਰਹੀ ਹੈ ਭੈਣ ਸੀਮਾ ਰਾਣੀ। ਇਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਵਿਚਾਰੇ ਪਿਛਲੇ ਘੰਟੇ ਡੇਢ ਘੰਟੇ ਤੋਂ ਸਾਨੂੰ ਉਡੀਕ ਰਹੇ ਖੜੇ, ਸਾਨੂੰ ਫੋਨ ਕਰ ਰਹੇ ਖੜੇ। ਅਗਲਾ ਫਰਜ਼ ਤੁਸੀਂ ਵੀ ਪਛਾਣਿਓ, ਆਪਣਾ ਫਰਜ਼ ਨਿਭਾਇਓ, ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡੀ ਆਵਾਜ਼ ਉੱਥੇ ਤੱਕ ਪਹੁੰਚ ਸਕੇ ਜਿੱਥੋਂ ਕੋਈ ਠੰਡੀ ਹਵਾ ਦਾ ਬੁੱਲਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਟੱਬ ਵਾਲੀ ਮਾਂ ਜੀ, ਮੈਂ ਗੰਜੀ ਹੋ ਗਈ ਤੀ ਜੀ, ਬਿਲਕੁਲ ਇਹਨੇ ਵਾਲ ਉਦੋਂ ਆਏ ਜੀ ਭਾਈ, ਮੇਰਾ ਗੁੱਸਾ ਹੋ ਰਿਹਾ ਤੇ ਭੈਣ ਤੇਰੇ ਵਾਲ ਕਿਉਂ ਕੱਟ ਗਏ, ਮੇਰੇ ਵਾਲ ਸਰੇਟ ਦੇ ਦਿੱਤ ਗਏ। ਚਲੋ ਬਿਠਾਓ ਬੇਟੇ, ਮੈਂ ਗੰਜੀ ਕਰਤੀ ਜੀ ਮੇਰੇ ਘਰਾਂ ਨੂੰ ਤਾਨੀਆਂ ਬੈਠੋ, ਜੋ ਤਾਂ ਪਤਾ ਕਰ ਲੈ ਸਾਰੇ ਕੰਮ ਬੈਠੋ ਭੈਣੇ, ਗੱਡੀ ਬੈਠੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਗਿਆ ਜੀ? ਹਾਂ ਠੀਕ ਹੈ, ਉਹ ਠੀਕ ਹੈ ਜੀ, ਠੀਕ ਹੈ, ਮੇਰੀ ਬੇਟੀ ਚੜੇਗੀ। ਸੀਮਾ ਬਹਿ ਜਾ, ਸੀਮਾ ਬੇਟੀ ਅੱਗੇ ਹੋਈ ਹੈ ਮੇਰੀ, ਮੇਰੇ ਲਵੇ ਮੇਰੀ ਬੇਟੀ ਮੂਲੀ ਗੱਡੀ ਦੇ ਮੂਲੀ ਸੀਟ ਤੇ ਬਿਠਾ ਲਿਓ, ਉਲਟੀ ਉਲਟੀ ਨਾ ਆਵੇ ਇਹਨੂੰ, ਤੁਸੀਂ ਪਿੱਛੇ ਬਹਿ ਜਾਓ ਬੱਚੇ। ਉਧਰ ਸੀਟ ਦੇ ਉਧਰ ਸੀਮਾ ਮੂਹਰੇ ਬਹਿ, ਸੀਮਾ ਮੂਹਰੇ ਮਿਲਦੇ ਮਿਲਦੇ, ਸਤਿ ਸ਼੍ਰੀ ਅਕਾਲ ਬਾਈ, ਠੀਕ ਹੈ ਬਾਈ, ਧੰਨਵਾਦ ਬਾਈ, ਧੰਨਵਾਦ। ਬਹੁਤ ਚੰਗਾ ਕੀਤਾ, ਸਾਈਨ ਕਰ ਦਿਓ ਜੀ ਚਾਰ ਅੱਖਰ ਲਿਖ ਕੇ, ਠੀਕ ਠੀਕ ਹੈ ਨਾ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤੋਰੋ ਜੀ, ਬੋਲੇ ਸੋ ਨਿਹਾਲ ਨਾ ਬਾਈ ਨਾ, ਸਤਿ ਸ਼੍ਰੀ ਅਕਾਲ।